ਪੰਜਾਬ ਚ ਝੋਨੇ ਦੀ ਸਮੱਸਿਆ ਲਗਾਤਾਰ ਰੇਟਕਾ ਬਣੀ ਹੋਈ ਹੈ ਕਿਸਾਨ ਲਗਾਤਾਰ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਡੀ ਝੋਨੇ ਦੀ ਜਿਹੜੀ ਲਿਫਟਿੰਗ ਹੈ ਉਹ ਨਹੀਂ ਹੋ ਰਹੀ ਮੰਡੀਆਂ ਦੇ ਹਾਲਾਤ ਕੀ ਨੇ ਅੱਜ ਐਸਕੇਮ ਵੱਲੋਂ ਫਿਰ ਇੱਕ ਕਾਲ ਦਿੱਤੀ ਗਈ ਸੀ ਕਿ ਡੀਸੀ ਦਫ਼ਤਰਾਂ ਦਾ ਘਰਾਓ ਕਰਕੇ ਮੰਗ ਪੱਤਰ ਦੇਣਾ ਹੈ ਕਿ ਸਾਡੀਆਂ ਸਮੱਸਿਆਵਾਂ ਹੱਲ ਹੋਣ ਕਿਸਾਨਾਂ ਕੋਲ ਪਹੁੰਚੇ ਹੈ ਮੰਗ ਪੱਤਰ ਦੀਆਂ ਤਸਵੀਰਾਂ ਦੇਖੋਗੇ ਤੁਸੀਂ ਵੀ ਮੰਗ ਪੱਤਰ ਦਿੱਤਾ ਜਾਣਾ ਜਿਸ ਦੇ ਵਿੱਚ ਸਭ ਤੋਂ ਪਹਿਲੀ ਮੰਗ ਜਿਹੜੀ ਹੈ ਝੋਨੇ ਦੀ ਮੰਡੀਆਂ ਚੋਂ ਲਿਫਟਿੰਗ ਨਹੀਂ ਹੋ ਰਹੀ ਉਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਡੀਏਪ ਪੂਰਨ ਤੌਰ ਦੇ ਉਪਰ ਨਹੀਂ ਮਿਲ ਰਹੀ ਡੀਏਪ ਤੋਂ ਬਾਅਦ ਝੋਨਾ ਵੱਢਣ ਤੋਂ ਬਾਅਦ ਜੜੀ ਪਰਾਲੀ ਹੈ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਰੈੱਡ ਐਂਟਰੀਆਂ ਔਰ ਪਰਚੇ ਕੀਤੇ ਜਾ ਰਹੇ ਨੇ ਕਿਸਾਨਾਂ ਆਗੂ ਨਾਲ ਨੇ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਪ੍ਰਤੀਕਿਰਿਆ ਕੀ ਹੈ ਕਿ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ ਪ੍ਰਸ਼ਾਸਨ ਦੇ ਉੱਪਰ ਸਰਕਾਰ ਦੇ ਉੱਪਰ ਕੋਈ ਜੂ ਨਹੀਂ ਸਕਦੀ ਪ੍ਰਸ਼ਾਸਨ ਸੈਂਟਰ ਵੱਲੋਂ ਇਹ ਹੋ ਰਿਹਾ ਹੈ ਜ਼ਿੰਮੇਵਾਰਾਂ ਨਾਲ ਕੁਝ ਮਜ਼ਾਕ ਕੀਤੇ ਜਾ ਰਹੇ ਕੋਈ ਸ਼ੌਕ ਨਹੀਂ ਹੈ ਕਿਸਾਨਾਂ ਦਾ ਵੀ ਅਸੀਂ ਧਰਨੇ ਲਈਏ ਆਪਣਾ ਕਾਰੋਬਾਰ ਛੱਡ ਕੇ ਉਧਰ ਕਰਨ ਕੀ ਦੀ ਬਜਾਈ ਦਾ ਟਾਈਮ ਪਿਆ ਵੀ ਅਸੀਂ ਧਰਨੇ ਚ ਜਾਈਏ ਹਰੇਕ ਦੀ ਮਜਬੂਰੀ ਬਣ ਗਈ ਮਜਬੂਰੀ ਕੀ ਆ ਬਣੀ ਤੁਹਾਨੂੰ ਆਪੇ ਪਤਾ ਹੈ ਹੁਣ ਹਰ ਚਾਹੇ ਖੇਤੀਬਾੜੀ ਨਹੀਂ ਕਰਦਾ ਸੁਣ ਸੁਣ ਕੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿਸਾਨ ਦੀ ਕੀ ਮਜਬੂਰੀ ਹੋ ਰਹੀ ਹੈ ਮਾਰਕੀਟਾਂ ਖਾਲੀ ਪਈਆਂ ਨੇ ਪੈਸਾ ਕਿਤੇ ਸਰਕੂਲੇਟ ਨਹੀਂ ਹੋ ਰਿਹਾ ਕਿਸਾਨ ਦਾ ਕਿਤੇ ਹੋਰ ਤਾਂ ਸਾਰੇ ਕਾਰੋਬਾਰ ਠੱਪੇ ਨੇ ਅੱਗੇ ਆਪਕੇ ਲੋਕ ਸਮਝ ਆ ਰਹੇ ਵੀ ਦੇਖ ਰਹੇ ਵੀ ਕੀ ਹੋ ਰਿਹਾ ਹੈ ਬਿਲਕੁਲ ਬਿਲਕੁਲ ਅੱਜ ਮੰਗ ਪੱਤਰ ਦੇਣ ਜਾ ਰਹੇ ਹੋ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਜਗ੍ਹਾ ਬਹੁਤ ਐ ਸਮੱਸਿਆ ਕੋਈ ਨਹੀਂ ਲਿਫਟਿੰਗ ਦੇ ਵਿੱਚ ਤਾਂ ਕੀ ਲੱਗਦਾ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਜੇਕਰ ਲਿਫਟਿੰਗ ਨਹੀਂ ਹੁੰਦੀ ਵੀ ਹੁੰਦੀ ਦੇਖੋ ਸਭ ਤੋਂ ਵੱਡੀ ਨਾਕਾਮੀ ਹੈ ਜਿਹੜੀ ਨਲਾਕੀ ਹੈ ਕੇਂਦਰ ਦੀ ਹੈ ਉਸ ਤੋਂ ਵੱਡੀ ਨਲਾਕੀ ਹੈਗੀ ਆਪਣੀ ਪੰਜਾਬ ਸਰਕਾਰ ਦੀ ਕਿਉਂਕਿ ਸਾਡਾ ਮੁੱਖ ਮੰਤਰੀ ਜਿਹੜਾ ਹੈਗਾ ਨਾ ਕਾਮੇਡੀਅਨ ਹੈ ਤੇ ਸਾਡਾ ਫੂਡਸ ਵਾਲੇ ਮੰਤਰੀ ਉਹ ਵੀ ਆਪਣੇ ਘਰ ਬੈਠੇ ਆ ਆਰਾਮ ਨਾਲ ਬੈਠੇ ਹੈਗੇ ਕਰੋ ਸੈਂਟਰ ਕੋਲ ਜਾਂਦੇ ਅਸੀਂ ਪਹਿਲਾਂ ਤਾਂ ਰੌਲਾ ਪਾਉਂਦੇ ਆ ਰਾਂਗੇ ਸ਼ੈਲਰਾਂ ਤੋਂ ਚੌਲ ਨਹੀਂ ਉੱਤਰਿਆ ਤੇ ਅਗਲੀ ਵਾਰੀ ਝੋਨਾ ਨਹੀਂ ਵੀ ਕੁਗਾ ਰਾਜੀਵਾਲ ਸਾਹਿਬ ਨੇ ਆਤੋਂ 7 ਮਹੀਨੇ 8 ਮਹੀਨੇ ਪਹਿਲਾਂ ਕਹਿਤਾ ਸੀਗਾ ਕਿ ਇਸ ਵਾਰ ਝੋਨੇ ਦਾ ਝੋਨਾ ਲੱਗਿਆ ਨਹੀਂ ਸੀਗਾ ਹਲੇ ਵੀ ਝੋਨੇ ਦਾ ਬੁਰਾ ਹਾਲ ਹੋਣਾ ਇਸ ਵਾਰ ਕਿਉਂਕਿ ਜਿਹੜਾ ਸੈਲਰਾਂ ਚੋਂ ਚੌਲ ਨਹੀਂ ਚੱਕਿਆ ਗਿਆ ਕਿਉਂਕਿ ਇਹਨਾਂ ਨੇ ਪੰਜਾਬ ਸਰਕਾਰ ਨੇ ਜਾ ਕੇ ਇੱਕ ਵਾਰੀ ਕਿਹਾ ਹੀ ਨਹੀਂ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਤਾਂ ਬਹਾਨਾ ਭਾਲਦੀ ਆ ਕੋਈ ਨਾ ਕੋਈ ਉਹਨੇ ਤਾਂ ਇੱਥੇ ਲਿਫਟਿੰਗ ਕਰਾਈਏ ਨਹੀਂ ਤੇ ਪੰਜਾਬ ਸਰਕਾਰ ਨੇ ਕੀ ਕਰਿਆ ਜਾ ਕੇ ਇੱਕ ਵਾਰੀ ਨਹੀਂ ਕਿਹਾ ਵੀ ਸਾਡੀ ਲਿਫਟਿੰਗ ਕਰੋ ਤੇ ਹੁਣ ਨਮਾ ਝੋਨਾ ਆ ਰਹੇ ਤੇ ਵਾਸਤੇ ਪ੍ਰਬੰਧ ਕਰੋ ਹੁਣ ਜਾ ਕੇ ਹੁਣ ਜਾ ਕੇ ਇੱਕ ਵਾਰੀ ਮਿਲ ਕੇ ਆਇਆ ਮੁੱਖ ਮੰਤਰੀ ਸਾਹਿਬ ਜਦੋਂ ਸਾਰਾ ਕਹਿੰਦੇ ਚਿੜੀਆ ਚੋਗੀ ਖੇਤ ਹੁਣ ਪਸਤਾਨਾ ਕੀ ਬਾਅਦ ਚ ਹੁਣ ਵੀ ਆਂਡੀਆਂ ਜਾ ਕੇ ਤੁਸੀਂ ਦੇਖੋ ਟਾਰੂ ਚੱਕ ਕਹਿੰਦੇ ਨੇ ਸਪੇਸ ਬਹੁਤ ਹੈ ਥਾਂ ਬਹੁਤ ਹੈ ਲਿਫਟਿੰਗ ਸਾਡੇ ਨੂੰ ਗਰਾਊਂਡ ਲੈਵਲ ਤੇ ਆਣ ਅਸੀਂ ਤੁਹਾਡੇ ਮਾਦੀਆਂ ਅਸੀਂ ਬੇਨਤੀ ਕਰਦੀਆਂ ਟਾਰੂ ਚੱਕ ਨੂੰ ਕਰਦੇ ਆ ਮੁੱਖ ਮੰਤਰੀ ਸਾਹਿਬ ਆ ਜਾਣ ਕਿਉਂਕਿ ਮੁੱਖ ਮੰਤਰੀ ਦਾ ਰਾਜਪ੍ਰੇਦ ਦੌਰਾ ਸੀਗਾ ਪਿਛਲੇ ਦਿਨਾਂ ਚ ਅਸੀਂ ਉੱਥੇ ਗਏ ਸੀ ਇਕੱਠੇ ਹੋਏ ਸੀ ਕਿਸਾਨ ਤੇ ਉਹਨਾਂ ਨੇ ਸਾਡੇ ਦੇਖਦੇ ਹੋਏ ਭਾਫ ਦੇ ਹੋਏ ਵਿਰੋਧ ਨੂੰ ਆਪਣੇ ਦੌਰਾ ਰੱਦ ਕਰਤਾ ਸ਼ਾਮ ਦਾ ਦੌਰਾ ਸੀਗਾ ਕਾਤੋਂ ਕਰਿਆ ਉਹਨੇ ਰਾਜਪ੍ਰੇਮ ਮੰਡੀ ਦਾ ਦੌਰਾ ਕਰਨਾ ਉਹਨੇ ਤਾਂ ਹੀ ਨਹੀਂ ਆਇਆ ਉਹਨੂੰ ਪਤਾ ਵੀ ਅੱਗੇ ਸਾਨੂੰ ਜਵਾਬ ਨਹੀਂ ਆਣਾ ਕੋਈ ਇਸ ਕਰਕੇ ਉਹਨੇ ਦੌਰਾ ਰੱਦ ਕਰਤਾ ਸਵੇਸ ਨਹੀਂ ਆ ਗਈ ਕੋਈ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀ ਤਾਂ ਕੇਂਦਰ ਸਰਕਾਰ ਕਹਿੰਦੀ 43 44000 ਦੀ ਸੀਸੀ ਲਿਮਟ ਜਾਰੀ ਕਰਦੀ ਜੇ ਲੋੜ ਆ 10000 ਦੀ ਹੋਰ ਕਰ ਦਾਂਗੇ 10000 ਕਰੋੜ ਰੁਪਏ ਦੀ ਸੋ ਪੰਜਾਬ ਸਰਕਾਰ ਨੇ ਉਹ ਪੈਸੇ ਕਿੱਥੇ ਲਾਏ ਪੰਜਾਬ ਸਰਕਾਰ ਕਹਿੰਦੀ ਵੀ ਅੱਧੀ ਤੋਂ ਜ਼ਿਆਦਾ ਫਸਲ ਅਸੀਂ ਖਰੀਦ ਲਈ ਹੈ ਮੰਡੀਆਂ ਦੇ ਵਿੱਚੋਂ ਕੀ ਲੱਗਦਾ ਕੁਝ ਹੋਈ ਖਰੀਦੀ ਹੋਈ ਹੈ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆਏ ਨੇ ਕੀ ਹਾਲਾਤ ਕੀ ਨੇ ਨਹੀਂ ਜੇ ਸੈਂਟਰ ਸਰਕਾਰ ਕਹਿੰਦੀ ਵੀ ਅ ਤਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਖਾਤਿਆਂ 'ਚ ਪਾਏ ਤਾਂ ਦਿਖਾਉਣ ਵੀ ਸਹੀ ਨਾ ਔਨ ਗਰਾਉਂਡ ਤਾਂ ਦਿਖਾਉਣ ਵੀ ਕਿਸਾਨ ਦੇ ਖਾਤੇ 'ਚ ਕਿਹੜਾ ਪੈਸਾ ਆਇਆ ਇਹ ਤਾਂ ਨਹੀਂ ਗੱਲਾਂ ਬਾਤਾਂ ਨਾਲ ਦਾ ਜਿਵੇਂ ਮੈਂ ਵੀ ਕਹਿ ਦੇਣਾ ਵੀ ਸਾਡੀ ਜੀਰੀ ਚੱਕੀ ਗਈ ਪਰ ਜਦੋਂ ਔਨ ਗਰਾਉਂਡ ਤਾਂ ਆ ਕੇ ਦੇਖੋ ਇੱਕ ਮੁੱਖ ਮੰਤਰੀ ਸਾਹਿਬ ਹੈ ਮੁੱਖ ਮੰਤਰੀ ਨੂੰ ਖੁਦ ਨੂੰ ਜਦ ਪਹਿਲਾਂ ਬਣਨ ਤੋਂ ਪਹਿਲਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਨਾ ਮੈਂ ਜੱਟ ਨੂੰ ਕਿਸੇ ਕਿਸਾਨ ਨੂੰ ਮੰਡੀ 'ਚ ਰੋਲ ਲੰਦਾਂਗਾ ਨਾ ਮਜ਼ਦੂਰ ਨੂੰ ਕਿਸੇ ਸੜਕ 'ਤੇ ਆਉਣ ਦਵਾਂਗਾ ਨਾ ਕਿਸੇ ਮੁਲਾਜ਼ਮ ਨੂੰ ਕਿਤੇ ਆਉਣ ਦਵਾਂਗਾ ਪਰ ਅੱਜ ਦਾ ਸਿਸਟਮ ਇਹ ਆ ਜਾ ਬਣ ਗਿਆ ਹਰ ਇੱਕ ਵਰਗ ਜਿਹੜਾ ਉਹ ਸੜਕ 'ਤੇ ਬੈਠਾ ਕੱਲ ਪ੍ਰਨੀਤ ਕੌਰ ਵੀ ਗਈ ਸੀ ਪਟਿਆਲੇ ਉਹਦਾ ਹੀ ਵਿਰੋਧ ਕਰਿਆ ਗਿਆ ਉਹਦਾ ਪਤਲਾ ਸਾੜਿਆ ਗਿਆ ਕਿਉਂਕਿ ਜੇ ਸਰਕਾਰਾਂ ਸਹੀ ਢੰਗ ਨਾਲ ਕਿਸਾਨ ਨੂੰ ਆਪਣੇ ਨਾਲ ਲਾਉਣ ਕਿਸਾਨ ਦੀ ਸਮੱਸਿਆ ਹੱਲ ਕਰਨ ਤਾਂ ਕੋਈ ਲੋੜ ਨਹੀਂ ਇੰਨਾ ਜਿਹੜਾ ਰੌਲਾ ਪੈ ਰਿਹਾ ਲੋਕ ਕਿਸਾਨ ਮਜ਼ਦੂਰ ਅੱਜ ਮੁਲਾਜ਼ਮ ਵੀ ਅੱਜ ਸੜਕਾਂ ਤੇ ਉਤਰੇ ਅੱਜ ਅਖਬਾਰ ਚ ਪੇਪਰ ਦਿੱਤਾ ਕਿ ਅੱਜ ਮੁਲਾਜ਼ਮ ਵੀ ਸੜਕਾਂ ਤੇ ਉਤਰੇ ਫਿਰ ਜਦ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਨਹੀਂ ਜਾਗਦੀ ਫਿਰ ਸਰਕਾਰ ਨਕਾਮ ਹੈ ਇਹਨੂੰ ਆਪਣੀ ਸਰਕਾਰ ਛੱਡ ਕੇ ਇਹਨੂੰ ਆਪਦੇ ਘਰੇ ਬੈਠਣਾ ਜਿਹਦਾ ਆਪਣੀ ਭਗਤੀ ਕਰਨੀ ਚਾਹੀਦੀ ਐ ਇਸ ਕੰਮ ਦਾ ਨਹੀਂ ਲੈ ਕੇ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਇਹ ਨਾ ਵੀ ਕਦੀ ਹੋਇਆ ਸੀ ਇਸ ਤਰੀਕੇ ਦਾ ਜੋ ਅੱਜ ਜਿਵੇਂ ਮੰਡੀਆਂ ਦੇ ਵਿੱਚ ਜੋ ਹਾਲਾਤ ਬਣੇ ਕਦੀ ਪਹਿਲਾਂ ਵੀ ਹੋਇਆ ਸੀ ਪਿਛਲੀਆਂ ਸਰਕਾਰਾਂ ਚ ਨਹੀਂ ਹੁੰਦਾ ਹਰ ਇੱਕ ਵਾਰ ਇਹ ਨਹੀਂ ਹੁੰਦਾ ਪਰ 25% ਹੁੰਦਾ ਐਤਕੀ ਦਾ 100% ਹੋ ਰਿਹਾ ਅੱਗੇ ਤਾਂ 25% ਹੁੰਦਾ ਚਲੋ ਸਰਕਾਰਾਂ ਚੱਕ ਲੈਂਦੀਆਂ ਰੌਲਾ ਰੂਲਾ ਪਾਇਆ ਚਲੋ ਇੱਕ ਅੱਧੀ ਵਾਰ ਧਰਨਾ ਲੱਗ ਵੀ ਗਿਆ ਕੋਈ ਗੱਲ ਨਹੀਂ ਮੰਡੀ 'ਚ ਲੱਗ ਗਿਆ ਜਾਂ ਬਾਹਰ ਲੱਗ ਗਿਆ ਉਹ ਤੋਂ ਬਾਅਦ ਸਰਕਾਰਾਂ ਜਿਹਦੇ ਨਾਲ ਦੀ ਨਾਲ ਚਕਾਉਂਦੇ ਪਰ ਐਤਕੀ ਤਾਂ ਕੋਈ ਜਾਣਨ ਤੇ ਯ ਇੱਕ ਪਾਸੇ ਕਹਿ ਰਹੇ ਸੀ ਤੁਸੀਂ ਪਰਾਲੀ ਨੂੰ ਅੱਗ ਲਾ ਰਹੇ ਹੋ ਤੁਹਾਡੇ ਕੋਲ ਕੇਸ ਜਦੋਂ ਤੁਸੀਂ ਸਾਡੇ ਪਰਾਲੀ ਨੂੰ ਅੱਗ ਲਾਉਣ ਦੇ ਕੇਸ ਸਾਡੇ 'ਤੇ ਚਲਾ ਰਹੇ ਹੋ ਉਦੋਂ ਫਿਰ ਤੁਸੀਂ ਝੋਨਾ ਚੱਕਣ ਦਾ ਕਿਉਂ ਨਹੀਂ ਇੰਤਜ਼ਾਮ ਕਰਦੇ ਤੁਹਾਨੂੰ ਉਹ ਤਾਂ ਅਫਸਰ ਤੁਹਾਡੇ ਜਿਹੜੇ ਕੇਸ ਸਾਡੇ ਦਰਜ ਕਰਦੇ ਨੇ ਉਹਨਾਂ ਅਫਸਰਾਂ ਨੂੰ ਲਾਓ ਵੀ ਤੁਸੀਂ ਕੋਝੋਨਾ ਚਗਾਓ ਰੱਖੋ ਝੋਨੇ ਨੂੰ ਕਿੱਥੇ ਰੱਖੋਗੇ ਸੈਲਰ ਮਾਲਕਾਂ ਨਾਲ ਕਰੋ ਆਪਣੇ ਮੀਟਿੰਗਾਂ ਆੜਤੀਆਂ ਨਾਲ ਕਰੋ ਮੀਟਿੰਗਾਂ ਪਰ ਉਹਨਾਂ ਨਾਲ ਤਾਂ ਮੀਟਿੰਗ ਕਰਨੀ ਹੀ ਚਾਹੁੰਦੇ ਹੋਰ ਸਾਡੇ ਹੋਰ ਦੂਸ਼ਣ ਲਾ ਲਾ ਕੇ ਸੋ ਦੂਸ਼ਣ ਲਾ ਲਾ ਕੇ ਸਾਡੇ ਪਰਚੇ ਅਲੱਗ ਸ਼ੁਰੂ ਕਰਦੇ ਨਾ ਦੇਣ ਪਰ ਪਰਚੇ ਦੇਣ ਨਾਲ ਇਸ ਤਰ੍ਹਾਂ ਸਰਕਾਰਾਂ ਨਾਲ ਜਿਹੜਾ ਕਿਸਾਨ ਉਹ ਨਹੀਂ ਦਬਣ ਲੱਗਿਆ ਅੱਗੇ મોદી ਪਿਛਲੀ ਵਾਰ ਸਰਕਾਰ ਸੀ મોદી ਦੀ મોદી ਨੂੰ ਪਿਛਲੀ ਸਰਕਾਰ ਚ ਇੱਕ ਸਾਲ ਤੋਂ ਉਪਰ ਅਸੀਂ ਬੈਠ ਗਏ મોદી ਨੇ ਨੱਕ ਜੀ ਦਮ ਕਰਕੇ ਰੱਖਿਆ ਪਰ ਉਹ ਅੱਜ ਸਾਡੇ ਤੋਂ ਬਦਲਾ ਲੈਣ ਲੱਗੀ મોદી ਸਰਕਾਰ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਮਿਲ ਗਈ ਇਹ ਕਹਿੰਦੇ ਜੀ ਅਸੀਂ ਤਾਂ ਨਹੀਂ ਜੀ ਨਹੀਂ ਅਸੀਂ ਤਾਂ ਉਹ ਅਲੱਗ ਹੈ ਸਾਡੀ ਸਰਕਾਰ ਨਾਲ ਕੋਈ ਸੈਂਟਰ ਸਰਕਾਰ ਨਾਲ ਮਤਲਬ ਨਹੀਂ ਪਰ ਇਹ 20 ਟੀਮ ਹੈ ਸੈਂਟਰ ਸਰਕਾਰ ਦੀ ਇਹ ਸਾਡਾ ਕੰਮ ਕਰ ਰਹੀ ਹੈ ਕਿਸਾਨ ਨੂੰ ਬਿਲਕੁਲ ਡੋਬੇ ਚ ਲਿ ਜਾ ਕੇ ਕਿਸ ਖਤਮ ਕਰ ਰਹੇ ਸਰ ਧਰਨੇ ਪ੍ਰਦਰਸ਼ਨ ਦੀ ਗੱਲ ਜ਼ਿਕਰ ਕਰੀਏ ਧਰਨੇ ਦੇ ਵਿੱਚ ਲਗਾਤਾਰ ਤੁਸੀਂ ਸੜਕਾਂ ਤੇ ਰਹਿੰਦੇ ਹੋ ਜਾਂ ਫਿਰ ਟੋਲ ਪਲਾਜ਼ੇ ਜਾਮ ਕਰਦੇ ਹੋ ਰੇਲਵੇ ਸਟੇਸ਼ਨ ਜਾਂ ਰੇਲਵੇ ਟਰੈਕ ਦੇ ਉੱਪਰ ਰਹਿੰਦੇ ਹੋ ਸੋ ਆਮ ਲੋਕ ਵੀ ਪਿਛਲੇ ਦਿਨਾਂ ਦੀ ਵੀਡੀਓ ਦੇ ਵਿੱਚ ਜਾਰੀ ਹੋ ਰਿਹਾ ਵੀ ਆਮ ਲੋਕ ਵੀ ਪਰੇਸ਼ਾਨ ਨੇ ਆਮ ਲੋਕ ਤੁਹਾਡੇ ਨਾਲ ਹੀ ਜਿਹੜਾ ਖਹਿ ਬਾਜ਼ੀ ਹੋ ਰਹੀ ਹੈ ਕਈ ਵੀਡੀਓ ਦੇ ਵਿੱਚ ਇਹ ਜਾਣ ਨਿਕਲਦੀ ਆ ਰਹੀ ਹੈ ਦੇਖੋ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਵੀ ਸਾਰੀ ਗੱਲਬਾਤ ਕਲੀਅਰ ਕੀਤੀ ਹੈ ਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਉਹ ਸਾਰੇ ਸੰਕਟ ਨੂੰ ਸਮਝਣ ਅਸਲ ਦੇ ਵਿੱਚ ਸਮਝਣ ਦੀ ਲੋੜ ਹੈ ਵੀ ਇਹ ਸੰਕਟ ਕਿੱਡਾ ਵੱਡਾ ਹੈ ਜਿਵੇਂ 45000 ਕਰੋੜ ਦਾ ਝੋਨਾ ਰੁਲ ਰਿਹਾ ਹੈ ਮੰਡੀਆਂ 'ਚ ਇਹ ਕਿਸਾਨਾਂ ਰਾਹੀਂ ਮਾਰਕੀਟ ਦੇ ਵਿੱਚ ਆਉਣਾ ਸੀ ਹੁਣ ਮੋਟਰਸਾਈਕਲਾਂ ਵਾਲੇ ਕਹਿੰਦੇ ਸਾਡੀ ਸੇਲ ਬੰਦ ਹੋ ਗਈ ਦਿਵਾਲੀ ਤੋਂ ਪਹਿਲਾਂ ਕੱਪੜੇ ਨਹੀਂ ਵਿਕ ਰਹੇ ਬੂਟ ਨਹੀਂ ਵਿਕ ਰਹੇ ਹੁਣ ਮੰਡੀ ਵਾਲੇ ਕਹਿੰਦੇ ਆ ਵੀ ਜੇ ਕਿਸਾਨ ਕੋਲੇ ਪੈਸਾ ਹੋ ਤਾ ਹੀ ਮੰਡੀ ਚੱਲੂਗੀ ਸੋ ਇਹ ਸੰਕਟ ਚੌ ਤਰਫ ਹੈ ਲੋਕਾਂ ਨੇ ਇਹ ਗੱਲ ਸਮਝਣੀ ਚਾਹੀਦੀ ਹੈ ਅਸੀਂ ਵੀ ਇੱਕ ਕੋਸ਼ਿਸ਼ ਕਰਦੇ ਆਂ ਵੀ ਲੋਕਾਂ ਨੂੰ ਮੁਸ਼ਕਲ ਘੱਟ ਤੋਂ ਘੱਟ ਆਵੇ ਜਿਵੇਂ ਹੁਣ ਅਸੀਂ ਆ ਪਿਛਲੇ ਤਿੰਨ ਚਾਰ ਦਿਨ ਪਹਿਲਾਂ ਜਾਮ ਲਾਇਆ 11 ਵਜੇ ਤੋਂ 3 ਵਜੇ ਤੱਕ ਅਸੀਂ ਉਹ ਖੜੜ ਵੀ ਲਾ ਸਕਦੇ ਸੀ ਸਾਨੂੰ ਪਤਾ ਸੀ ਖੜੜ ਵਿੱਚ ਲੋਕਾਂ ਨੂੰ ਬੜੀ ਪ੍ਰੋਬਲਮ ਆਉਣੀ ਆ ਤਾਂ ਅਸੀਂ ਉਹ ਭਾਗੋ ਮਾਜਰਾ ਬੈਰਮਪੁਰ ਕੋਲ ਲਾਇਆ ਜਿੱਥੇ ਆਵਾਜਾਈ ਘੱਟ ਹੋਵੇ ਤਾਂ ਕਿ ਸਾਡਾ ਰੋਸ ਵੀ ਸਰਕਾਰ ਤੱਕ ਜਾਵੇ ਤੇ ਲੋਕ ਵੀ ਪਰੇਸ਼ਾਨ ਹਨ ਲੋਕ ਵੀ ਸਾਡੇ ਆ ਸਾਡੇ ਬੱਚਿਆਂ ਨੂੰ ਜਾਣਾ ਹੁੰਦਾ ਸਾਡੇ ਮਾਪਿਆਂ ਨੂੰ ਸਾਡੇ ਭਰਾਵਾਂ ਨੂੰ ਮਰੀਜ਼ ਹੁੰਦੇ ਆ ਜਾਣਾ ਹੁੰਦਾ ਇਹ ਸਾਨੂੰ ਪਤਾ ਹੈ ਪਰ ਇਹ ਮਜਬੂਰੀ ਹੈ ਅਸਲ ਦੇ ਵਿੱਚ ਏਡਾ ਵੱਡਾ ਸੰਕਟ ਹੈ ਮੈਂ ਤੁਹਾਡਾ 1 ਮਿੰਟ ਹੋਰ ਲਾਉਂਗਾ ਵੀ ਅਸਲ ਚ ਨੇ ਇੱਥੇ ਦੋ ਧਿਰਾਂ ਬਣੀਆਂ ਖੜੀਆਂ ਇੱਕ ਪਾਸੇ ਕਾਰਪੋਰੇਟ ਆ ਉਹਨਾਂ ਦੇ ਨਾਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੂਜੇ ਪਾਸੇ ਆਮ ਲੋਕ ਹੈ ਇਹ ਜਿਹੜਾ ਹੁਣ ਝੋਨਾ ਰੋਲ ਰਿਹਾ ਨਾ ਤਾਂ ਇਹ ਪੰਜਾਬ ਸਰਕਾਰ ਦੀ ਅਣਗਹਿਲੀ ਆ ਤੇ ਨਾ ਹੀ ਕੋਈ ਇੱਥੇ ਕੋਈ ਝੋਲ ਵੱਧ ਹੋ ਗਈ ਇਹ ਉਹਨਾਂ ਦੀ ਸਾਜ਼ਿਸ਼ ਹੈ ਸਾਡੀਆਂ ਮੰਡੀਆਂ ਨੂੰ ਫੇਲ ਕਰਨ ਦੀ ਤੇ ਕੰਟਰੈਕਟ ਫਾਰਮਿੰਗ ਸ਼ੁਰੂ ਕਰਾਉਣ ਦੀ ਉਹ ਜਾਣ ਕੇ ਸਾਡਾ ਝੋਨਾ ਰੋਲ ਰਹੇ ਆ ਨਹੀਂ ਤਾਂ ਭੁੱਖ ਮਰੀ ਦੇ ਵਿੱਚ 125ਾਂ ਚੋਂ ਆਪਣਾ 107ਵਾਂ ਨੰਬਰ ਹੈ ਲੋਕਾਂ ਨੂੰ ਤਿੰਨ ਟਾਈਮ ਖਾਣਾ ਨਹੀਂ ਮਿਲਦਾ ਲੋਕ ਭੁੱਖੇ ਮਰ ਰਹੇ ਆ ਤੇ ਸਾਡਾ ਚੌਲ ਇੱਥੇ ਗਦਾਮੋਂ ਚੱਕਿਆ ਨਹੀਂ ਜਾ ਰਿਹਾ ਤੇ ਸ਼ਾਜਸ਼ ਨਹੀਂ ਤਾਂ ਹੋਰ ਕੀ ਹੈ ਇਹ ਚੌਲ ਚੱਕ ਕੇ ਲੋਕਾਂ ਨੂੰ ਦੇ ਸਕਦੇ ਆ ਚੌਲ ਬਾਹਰ ਭੇਜਣ ਤੇ ਪਾਬੰਦੀ ਲਾਈ ਰੱਖਿਆ ਸਰਕਾਰ ਨੇ ਚਿੱਟੇ ਚੌਲ ਤੇ 20% ਟੈਕਸ ਲਾਈ ਰੱਖਿਆ ਪੂਰੇ ਚੌਲ ਤੇ 10% ਟੈਕਸ ਲਾਈ ਰੱਖਿਆ ਬਾਦਸਮਤੀ ਦੀ ਰੁਕੀ ਰੱਖੀ ਇਹ ਸਾਰਾ ਕਿਉਂ ਰੋਕਿਆ ਸਰਕਾਰ ਨੇ ਕਿਹਾ ਵੀ ਚੌਲਾਂ ਦੇ ਰੇਟ ਪਿਛਲੇ ਸਾਲ ਚ 11% ਤੋਂ ਵੀ ਵੱਧ ਵੱਧ ਗਏ ਇੱਕ ਮਹੀਨੇ ਚ 3% ਵੱਧ ਗਏ ਇਸ ਕਰਕੇ ਦੇਸ਼ ਵਿੱਚ ਚੌਲਾਂ ਦੀ ਥੋੜਨਾ ਪੈਦਾ ਹੋ ਜੇ ਇਸ ਕਰਕੇ ਹੀ ਚੌਲ ਬਾਹਰ ਨਹੀਂ ਭੇਜ ਰਹੇ ਜੂਕਰੇਨ ਦੀ ਜੰਗ ਲੱਗੀ ਆ ਚੌਲਾਂ ਦੀ ਬਾਹਰਲੀ ਮੰਡੀ ਦੇ ਵਿੱਚ ਮੰਗ ਹੈ ਪਰ ਬਾਹਰ ਭੇਜ ਨਹੀਂ ਰਹੇ ਤਾਂ ਇਹ ਛਾਜਿਸ ਹੈ ਨਾ ਇਹ ਛਾਜਿਸ ਸਾਹਿਬ ਜਿਹੜੇ ਸੀ ਤਿੰਨ ਕਾਨੂੰਨ ਰੱਦ ਕਰਵਾ ਕੇ ਆਏ ਆ ਉਹਨਾਂ ਚ ਕੰਟਰੈਕਟ ਫਾਰਮਿੰਗ ਸੀ ਜਦੋਂ ਸਾਡੀ ਖੇਤੀ ਫੇਲ ਹੋਊਗੀ ਤਾ ਸੀ ਕੰਟਰੈਕਟ ਫਾਰਮਿੰਗ ਵੱਲ ੱੱਕੇ ਜਾਵਾਂਗੇ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡਾ ਇਹਦੇ ਚ ਇੱਕ ਮੰਗ ਸੀ ਸਾਡੀ ਨਵੀਂ ਜੁੜੀ ਆ ਤੇ ਉਹ ਬੜੀ ਵੱਡੀ ਪ੍ਰੋਬਲਮ ਹੈ ਵੀ ਜਦੋਂ ਹੁਣ ਝੋਨਾ ਇੰਨਾ ਲੇਟ ਹੋ ਗਿਆ ਕਣਕ ਦੀ ਬਜਾਈ ਲੇਟ ਹੋ ਰਹੀ ਹੈ ਜੇ ਬਜਾਈ 15 ਦਸੰਬਰ ਤੋਂ ਲੇਟ ਹੁੰਦੀ ਆ ਨਾ ਤਾਂ ਇੱਕ ਹਫ਼ਤੇ ਚ ਡੇਢ ਕੁਇੰਟਲ ਝਾੜ ਇੱਕ ਕਿੱਲੇ ਮਗਰ ਘਟ ਜਾਂਦਾ ਹੈਗਾ ਕਿਸਾਨਾਂ ਨੂੰ ਹੁਣ ਫੜਾ ਦਫੜੀ ਪਈ ਹੋਈ ਆ ਪਾਤਪੀ ਉਹ ਕਹਿੰਦੇ ਆ ਵੀ ਯਾਰ ਸਾਡਾ ਝੋਨਾ ਖਰੀਦ ਲੋ ਕਿਵੇਂ ਵੀ ਖਰੀਦ ਲੋ 200 ਰੁਪਏ ਤੋਂ 300 ਰੁਪਏ ਕਵਾਂਟਰ ਦਾ ਕੱਟ ਲੱਗ ਰਿਹਾ ਹੈ ਕਈ ਥਾਮਾਂ ਤੇ 100 ਗੱਟੇ ਮਗਰ 5 ਗੱਟੇ ਛੇਦਰ ਵਾਲੇ ਵੱਧ ਲੈ ਰਹੇ ਆ ਹੁਣ ਇਹ ਵੱਡਾ ਮਸਲਾ ਬਣ ਗਿਆ ਇੰਨੀ ਤਾਂ ਸਾਨੂੰ ਕਮਾਈ ਹੋਣੀ ਹੁੰਦੀ ਐਨਾ ਤਾਂ ਬਚਣਾ ਹੁੰਦਾ ਉਹੀ ਸਾਡਾ ਲੁੱਟਿਆ ਜਾ ਰਿਹਾ ਤਾਂ ਅੱਜ ਸਾਡੀਆਂ ਚਾਰ ਮੰਗਾਂ ਨੇ ਪਹਿਲੀ ਇਹ ਮੰਗ ਹੈ ਵੀ ਜੋ ਸਾਡਾ ਝੋਨਾ ਕਾਟ ਲਾ ਕੇ ਖਰੀਦਿਆ ਜਾ ਰਿਹਾ ਗੱਟੇ ਵਧ ਲਏ ਜਾ ਰਹੇ ਆ ਉਹ ਸਾਡੀ ਭਰਪਾਈ ਕਰੇ ਪੰਜਾਬ ਸਰਕਾਰ ਕਰੇ ਜਾਂ ਕੇਂਦਰ ਕਰੇ ਅਗਲੀ ਗੱਲ ਝੋਨੇ ਦੀ ਲਿਫਟਿੰਗ ਵਾਲੀ ਡੀਏਪੀ ਵਾਲੀ ਆਪਰਾਲੀ ਵਾਲੀ ਜਿਹੜੀ ਮੇਰੇ ਸਾਥੀਆਂ ਨੇ ਦੱਸੀ ਆ ਉਹ ਸਾਡੀਆਂ ਚ 4 ਮੰਗਾ ਨੇ ਅਸੀਂ 11 ਤੋਂ ਤਿੰਨ ਡੀਸੀ ਦਫ਼ਤਰਾਂ ਦੇ ਵਿੱਚ ਮਤਲਬ ਘਰਾਓ ਕਰਨੇ ਆ ਬਿਲਕੁਲ ਬਿਲਕੁਲ ਸੋ तमाम ਜੇਕਰ ਗੱਲਾ ਕਰੀ ਤਾਂ ਅੱਜ ਡੀਸੀ ਦਫ਼ਤਰ ਦਾ ਘਰਾਓ ਹੈ ਮੰਗ ਪੱਤਰ ਦਿੱਤਾ ਜਾਣਾ ਹੈ ਮੰਗਾ तमाम ਜਿਹੜੀਆਂ ਤੁਹਾਡੇ ਨਾਲ ਰੂਬਰੂ ਕੀਤੀਆਂ ਕਿਸਾਨਾਂ ਵੱਲੋਂ ਕਿ ਕੀ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਜਾਂ ਫਿਰ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਇਹ ਕਹਿੰਦੀ ਆ ਵੀ ਕੇਂਦਰ ਸਰਕਾਰ ਚੋਲ ਨਹੀਂ ਚਕਾਰੀ ਔਰ ਕੇਂਦਰ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਪੈਸੇ ਦੇਤੇ ਪੰਜਾਬ ਸਰਕਾਰ ਖਰੀਦੇ ਤਾਂ ਹੁਣ ਕੀ ਨਿਕਲ ਕੇ ਆਉਂਦਾ ਇਹ ਦੇਖਣਾ ਹੋਵੇਗਾ ਕੈਮਰਾ ਪਰਸ ਸਕੰਦਰ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ